ਬਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਦੀਪ ਵੀਰ ਜੀ, ਹੋਰ ਕੀ ਹਾਲ ਚਾਲ? ਸਭ ਠੀਕ ਹੈ ਜੀ। ਹੋਰ ਸੁਣਾਓ ਗੋਪੀ ਜੀ? ਵਧੀਆ ਵਧੀਆ ਜੀ। ਕਿਵੇਂ ਚੱਲ ਰਿਹਾ ਕੰਮ? ਮੇਰਾ ਬਾਬੇ ਦੀਆਂ ਕੋਈ ਢੱਡੀਆਂ ਜੀ। ਨਾ ਨਾ, ਚਲੋ ਮਹਾਰਾਜ ਮੇਰਾ ਘਰ ਦੀਆਂ ਸਟਾਲ ਫਿਰ ਝੋਟੀਆਂ। ਹਾਂਜੀ ਹਾਂਜੀ, ਇਹ ਉੱਧਰ ਆਈ ਹਰਿਆਣੇ ਜੀ। ਠੀਕ ਹੈ, ਸਾਰੇ ਵੀਰਾਂ ਨੂੰ, ਸੰਦੀਪ ਵੀ ਚੈਨਲ, ਸੰਦੀਪ ਡੇਅਰੀ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੜਾ ਭੁੱਖ ਲਾਉਂਦੇ ਭਾਜੀ ਸਾਰੇ ਜਾਣੇ ਵੀ ਤੇਰਾ ਰੇਟ ਜਾਇਜ਼ ਹੁੰਦਾ। ਬਿਲਕੁਲ ਬਿਲਕੁਲ ਬਿਲਕੁਲ, ਮਤਲਬ ਵੀਡੀਓ ਬਣਾ ਬਣਾ। ਹਾਂਜੀ ਹਾਂਜੀ ਬਿਲਕੁਲ, ਫਿਰ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਆਪਾਂ ਬਣਾ ਲਈਏ ਜੀ। ਨਾ ਨਾ ਨਾ, ਬਿਲਕੁਲ ਖੇਚੀ ਰੱਖੋ ਕੰਮ ਕਰਾ ਲਈ। ਅੱਜ ਕਿੰਨੇ ਜੀ ਫਿਰ? ਅੱਜ 5 ਡੰਗਰ ਆ ਜੀ। ਆ ਜਾਓ ਫਿਰ ਇੱਧਰ, ਇੱਕ ਨੰਬਰ ਸ਼ੁਰੂ ਕਰੋ। ਇੱਧਰ ਕਰ ਦੀ, ਮੈਂ ਨਾ ਉਧਰੋਂ ਕਰੀਏ। ਉਧਰੋਂ ਆ ਜਾਓ, ਉਧਰ ਆ ਜਾਓ, ਆ ਜਾਓ ਆ ਜਾਓ, ਉਧਰ ਆ ਜਾਓ। ਐਂਡ ਤੇ ਪਾਵਾਂਗੇ ਕੋਈ ਗੱਲ ਨਹੀਂ। ਜਰਸੀ ਗੱਬਣ ਤੁਸੀਂ? ਗੱਬਣ ਹੈ ਜੀ, ਗੱਬਣ। ਅੱਛਾ ਗੱਬਣ ਆ। ਹਾਂਜੀ ਠੀਕ ਆ। ਠੰਡੀ ਠੁੰਡੀ ਫੜੀ ਭਾਜੀ। ਖੋਲੋ ਖੋਲ ਦਿਓ। ਕਿੰਨੇ ਦੁੱਧ ਕਰ ਜੂ ਭਾਜੀ? ਇਹ ਦੁੱਧ 12 13 ਕਿਲੋ ਵੀਰ ਦੀ ਕਰੂੰਗੀ, ਤੀਜਾ ਸੂਆ ਜੀ। 12 13 ਕਿਲੋ ਤੀਜਾ ਸੂਆ ਵੇਖੋ। ਢੋਲ ਚਾਲ ਬੜਾ ਜੀ ਜੇ। ਆ ਜਾਓ ਇੱਥੇ, ਕਮਾਈ ਜਾਈ ਜੇ ਨਹੀਂ ਅੰਦਰ ਕਮਾਈ ਚਲੋ। ਮਜਿੰਦਰ ਅੰਦਰ ਕਮਾਈ ਆ, ਪਤਾ ਕਿਉਂ? ਬਾਹਰ ਜਿੱਦਾਂ ਨਹੀਂ ਆ, ਧੁੱਪ ਬੜੀ ਆ। ਆ ਅੰਦਰ ਕਮਾਈ ਆ ਜਾਲੀ ਜੀ, ਇਧਰ ਵੀ ਲਵਾ ਦਿਓ, ਬਾਹਰ ਲਵਾ ਦਿਓ। ਉਦਾਂ ਠੰਡੀ ਠੁੰਡੀ ਬੜੀ ਆ ਵੀ ਜਿੱਦਾਂ ਮਰਜ਼ੀ ਚੋਣ। ਨਹੀਂ ਠੀਕ ਆ, ਖਾਣ ਥੂਣ ਦੇ ਆਪਾਂ ਜ਼ਿੰਮੇਵਾਰ ਹੋਵਾਂਗੇ। ਜੇ ਕੋਈ ਭੂਰ ਛੱਟਾ ਜਾਂ ਥਣ 'ਚ ਨੁਕਸ ਹੋਊਗਾ ਤਾਂ ਆਪਣਾ ਇੱਥੇ ਜ਼ਿੰਮੇਵਾਰੀ ਹੈ। ਬੋਲੋ ਜੀ ਗੋਪੀ ਜੀ, ਇੱਕੋ ਹੀ ਗੱਲ ਬਸ, ਛੋੜ ਹੀ ਹੋਣੀ 40 38000। ਚਲੋ ਛੋੜ ਹੀ ਕਰਨੀ ਆ, ਜੈ ਜੈ 4000 ਛੱਡ ਨੂੰ, ਸਹੀ 37000 ਚੱਲਣ ਦੋ। ਚਲੋ ਬਾ ਠੀਕ। ਇਹ ਜੀ ਇਹ ਸੂਈ ਹੈ ਜੀ, ਇਹਦੇ ਮਗਰਾ ਵੱਛੀ ਹੈ ਜੀ। ਅੱਛਾ ਠੀਕ ਆ। ਹਾਂਜੀ 5-6 ਦਿਨ ਹੋ ਗਏ ਆ ਵੱਛੀ ਹੈ ਨਾ। ਹਾਂਜੀ ਕਿੰਨੇ ਕਿਲੋ ਦਾ ਜੀ ਫਿਰ? ਦੁੱਧ ਜੇ 12 13 ਕਿਲੋ ਹੈ ਜੀ। 12 13 ਕਿਲੋ ਬੋਲਾ ਹੀ ਆ। ਇਹ ਵੀ ਖੋਲੋ ਭਾਈ ਜੀ, ਲੋ ਇਹ ਇੱਥੇ ਐਂ ਘੁਮਾ ਲਓ ਇੱਧਰ। ਲੋ ਜੀ 12 13 ਖੋਲੇ ਦੀ ਆ ਤੇ ਦੇਖੋ, ਰੋਸਟ ਹੈ ਬੈਠ ਲੈਣਾ, ਥਾਣ ਬੜਾ ਵਧੀਆ ਲੱਗਾ ਜਬਰਦਸਤ। ਹਾਂਜੀ ਉਹ ਬੱਸੀ ਪਿੱਛੇ ਆ ਵਾਲੀ ਬੱਸੀ ਹੈ ਨਾ ਜੀ। ਹਾਂ ਹਾਂ ਠੀਕ ਆ। ਬੜਾ ਫੋਨ ਕਰਦੇ ਸਾਰੇ ਵੀਰ। ਹਾਂਜੀ ਜੀ, ਜਾਇਜ਼ ਮੁੱਲ ਹੁੰਦਾ ਤੇ ਵੀਡੀਓ ਬਣਾ, ਵੀਡੀਓ ਬਣਾ। ਹਾਂਜੀ ਇਹਦਾ ਵੀਰ ਜੀ ਰੇਟ 42000 ਜੀ, 40000 40000 ਦੀ 500 ਛੋੜ। ਚਲੋ ਠੀਕ ਆ, ਜੈ ਜੈ ਬਿਲਕੁਲ ਚੱਲਣ ਦੋ। ਆਹਾ ਇਹ ਦੂਜਾ ਸੂਆ ਬੱਛੀ ਸੂਣ ਵਾਲੀ ਜੀ। ਅੱਛਾ ਵੇਖੋ ਬੱਛੀ ਠੀਕ ਆ, ਹੈ ਵੀ ਗਰਮੀ ਵਾਲੀ ਹੋਈ ਹੈ ਸਾਰੀ। ਕਿੰਨਾ ਕਰ ਜੂ ਜੀ ਟਾਈਮ ਲੈ ਜੂ? ਇਹ ਨੇ 5-6 ਦਿਨ ਦਾ ਰਹਿ ਹੀ ਜਾਣੇ। ਦੁੱਧ ਕਿੰਨਾ ਕਰੂ ਫਿਰ? ਦੁੱਧ 14-15 ਕਿਲੋ ਦੇ ਕਰਨਾ ਚਾਹੀਦਾ। 14-15 ਵੇਖੋ ਕਿੱਦਾਂ ਦਾ। ਬਿਲਕੁਲ ਬਾਕੀ ਠੰਡੀ ਠੀਕ, ਭਾਵੇਂ ਕੋਈ ਛੱਲੇ ਬਹਿ ਕੇ ਵੇਖੋ। ਵੱਡੀ ਵਿਆਹ ਜੀ। ਹਾਂਜੀ ਗੋਪੀ ਜੀ, ਇਹਦਾ ਰੇਟ 50000 ਰੁਪਈਆ, 49000 ਦੇ ਦੇਖ ਲਓ ਕੋਈ ਦੇ। ਠੀਕ ਠੀਕ, ਮੀਣੀ ਝੋਟੀ ਆ, ਪਿਓਰ ਦੋਵੇਂ ਸਿੰਘ ਹਿਲਦੇ ਆ, ਦੋਵੇਂ ਸਿੰਘ। ਅੱਛਾ ਦੋਵੇਂ ਹਿਲਦੇ ਹੈ, ਥੋੜੀ ਡਰਦੀ ਅੱਜ ਹੀ ਆਈ। ਹਾਂ ਹਾਂ, ਸੂਆ ਪਹਿਲਾ ਜੀ? ਪਹਿਲਣ ਦੋਂਦੀ ਪਿਓਰ। ਅੱਛਾ ਦੋ ਦੰਦ ਪਹਿਲਾ ਸੂਆ, ਵੇਖੋ ਕਿੰਨਾ ਦੁੱਧ ਹੈ ਜੀ। ਦੁੱਧ ਹੈ ਜੀ ਇਹਦੇ 9 ਕਿਲੋ, ਪਰਸੋਂ ਆਈ ਉਧਰੋਂ। ਅੱਛਾ ਪਰਸੋਂ ਆਈ ਆ, ਠੀਕ ਆ। ਆਪਾਂ ਮਾਰਿਆ ਜੇ ਹੈ ਵੱਡੀ ਫੁੱਲ, ਵੱਡੀ ਝੋਟੀ ਹੈ ਜੀ। ਖੋਲੋ ਭਾਜੀ ਫਿਰ, ਵੇਖੋ ਭਾਜੀ ਕੱਟ ਕੱਟ, ਨਹੀਂ ਵੱਡੀ ਬਹੁਤ ਛੋਟੀ ਆ। ਹਾਂ ਵੇਖੋ ਬੜੀ ਵੱਡੀ ਝੋਟੀ ਆ, ਜ਼ਬਰਦਸਤ। ਅਜੇ ਲੱਪਾ ਲੁੱਪਾ ਪੁੱਟੂਗੀ ਦੁੱਧ ਤੇ, ਅਜੇ ਹੋਣੀ ਝੋਟੀ। 15 ਕੁ ਦਿਨ ਹੋਏ ਸੂਈ ਤੇਰਾ, ਨਸਲਾ ਝੋਟੀ ਜੀ, ਨਸਲਾ ਝੋਟੀ। ਤੁਸੀਂ ਰੋਜ਼ ਵੀਡੀਓ ਬਣਾਉਂਦੇ, ਤੁਹਾਨੂੰ ਪਤਾ ਹੀ ਆ। ਨਹੀਂ ਨਹੀਂ ਠੀਕ ਆ।
ਆਪਾਂ ਨੂੰ ਭਾਣਾ ਮਿਲੀ ਆਪਾਂ ਭਾਣਾ ਹੀ ਖੇਡਣੀ ਜੀ। ਹਾਂਜੀ ਰੇਟ 1,50,00,000 ਚੋਂ 2,000 ਛੋੜ 98,000 ਵੇਖ ਲਓ ਚੋਟੀ ਠੀਕ ਹੈ ਨਜਾਇਜ਼ ਆ। ਚੱਲ ਆ ਬੱਚਾ ਕੱਟੀ ਆ ਗਈ ਬਿਲਕੁਲ ਜੀ ਬਾਜੀ ਹੋਰ ਦੂ ਚੋ ਮਹੀਨੇ ਨੂੰ ਵੱਧ ਹੀ 50 ਜੋ 2 ਛੋੜ 48,000 ਵੇਖ ਲੋ ਜੇ ਆ ਜਾਓ 1,000 ਛੱਡ ਦੋ ਹੋਰ ਜਾਂ ਜਾਂ 47,000 ਚਲੋ ਠੀਕ ਲੋ ਵੇਖੋ ਚੰਗੇ ਲਾ ਕੇ ਕੱਢ ਕੇ ਲੈ ਕੇ ਆਉਂਦੇ ਹੈ ਜੀ। ਕਿੰਨੇ ਲਿਆਂਦੇ ਆ ਫਿਰ ਤੁਸੀਂ? 2 ਲਿਆਂਦੀਆਂ ਭਾਈ, 1 ਵੇਗੀ 1 ਰਹਿ ਗਈ। ਠੀਕ ਆ ਠੀਕ ਹੈ ਜੀ ਬਿਲਕੁਲ ਠੀਕ ਆ ਬਸ ਠੀਕ ਆ। ਚਲੋ ਫਿਰ ਤੁਹਾਡੀ ਕੱਦ ਕੱਢ ਦੱਸੀ ਇਹਨੇ ਨਾ ਕਰਦੇ ਵੇਖੋ ਤੁਸੀਂ ਕਿੱਦਾਂ ਬਿਲਕੁਲ। ਹਾਂਜੀ ਕਿਸ ਬੋਲਦੀ ਹੈ ਜੀ? ਬੋਲੋ। ਡਿਸਟ੍ਰਿਕਟ ਆਪਣੀ ਹੈਗੀ ਜੀ ਗੁਰਦਾਸਪੁਰ, ਸ਼ਹਿਰ ਆਪਣਾ ਸ਼੍ਰੀ ਹਰਗੋਬਿੰਦਪੁਰ, ਇੱਧਰ ਘੁਮਾਣ ਲੱਗਦਾ ਅਤੇ ਇੱਧਰ ਆਪਣੇ ਟਾਂਡਾ ਆ ਗਿਆ 20 ਕਿਲੋਮੀਟਰ। ਠੀਕ ਹੈ ਇੱਧਰ ਆਉਂਦੀ ਆਉਣਾ ਉਹਦੇ ਹਰਚੋ ਵਾਲ। ਨੰਬਰ ਮੇਰਾ ਹੈਗਾ ਜੀ 90 56 30 56 ਉਹ ਤੁਸੀਂ ਲਿਖੀ ਦੇਣਾ ਭਲੇ ਕੌੜਾ ਲੈ ਕੌੜਾ ਬੈਦਾ ਤੁਹਾਨੂੰ ਨਹੀਂ ਨਹੀਂ ਇਹ ਨੰਬਰ ਦਾ ਭਾਈ ਕੋਈ ਗੱਲ ਨਹੀਂ।